ਸਾਡੇ ਨਾਲ ਮੈਟਰੋ ਸਿਟੀ ਵਾਲਿਆਂ ਬਹੁਤ ਜ਼ਿਆਦਤੀ ਕੀਤੀ ਹੈ। 6-7 ਬੰਦਿਆਂ ਦੀ ਫਾਇਰ ਮਾਰ ਦਿੱਤੇ ਨੇ। ਇੱਕ ਮੇਰਾ ਚਾਚਾ ਦਾਦ ਭਾਈ ਸੀ, ਉਸਦੀ ਡੈਥ ਹੋ ਗਈ ਹੈ। ਸਾਡਾ ਇਸ ਬਕੂਏ ਨਾਲ ਉਸ ਜਗ੍ਹਾ ਨਾਲ ਕੋਈ ਤਲਕ ਨਹੀਂ, ਸਾਡਾ ਤੋੜ ਫੋੜ ਨਾਲ ਕੋਈ ਤਲਕ ਨਹੀਂ। ਦੂਸਰੀ ਸੋਸ਼ਲ ਮੀਡੀਆ 'ਤੇ ਵੀਡੀਓ ਇੱਕ ਵਾਇਰਲ ਕੀਤੀ ਗਈ ਹੈ ਰਾਜਾ ਨਾਜ਼ਮ ਦੇ ਮੁਤਾਲਕ, ਕਿ ਜ਼ਮੀਨ ਦਿੱਤੀ ਹੈ ਉਹਦੇ 'ਚ ਰਾਜਾ ਨਾਜ਼ਮ ਦਿਖਾਇਆ ਗਿਆ ਕਿ ਰਾਜਾ ਨਾਜ਼ਮ ਖਾਲੀ ਹੱਥ 'ਤੇ ਖੜਾ ਸੀ। ਉਹ ਵੀਡੀਓ ਵੀ ਇਸ ਚੀਜ਼ ਦਾ ਸਬੂਤ ਹੈ ਕਿ ਜਿਹੜੀ ਰਾਜਾ ਨਾਜ਼ਮ ਜ਼ਮੀਨ ਦਿੱਤੀ ਹੈ ਉਹ ਉਸ ਵਿੱਚ ਕੋਈ ਇਨਕਾਰੀ ਨਹੀਂ ਸੀ ਗਿਆ, ਹਾਲੀ ਹੱਥ ਉੱਥੇ ਗਿਆ, ਇਹਦਾ ਹਾਲੀ ਹੱਥ ਹੋਣੇ ਦਾ ਸਬੂਤ ਵੀਡੀਓ ਵਿੱਚ ਮੌਜੂਦ ਹੈ, ਜਿਹੜੀ ਮੈਟਰੋ ਸਿਟੀ ਵਾਲਿਆਂ ਖੁਦ ਵਾਇਰਲ ਕੀਤੀ ਹੈ। ਜਿਹੜਾ ਬੰਦਾ ਅੱਗੇ ਆਪਣੀ ਜ਼ਮੀਨ ਦਿੱਤੀ ਦਾ ਖਾਲੀ ਹੱਥ ਜਾ ਕੇ ਕਬਜ਼ਾ ਤੁਹਾਨੂੰ ਦਿੰਦਾ ਪਿਆ, ਕੋਈ ਇਸ਼ੂ ਨਹੀਂ ਬਣਾਉਂਦਾ ਪਿਆ, ਉਸ ਤੋਂ ਵੱਡੀ ਜ਼ਿਆਦਾ ਕੀ ਹੋ ਸਕਦੀ ਹੈ? ਇਹਨਾਂ ਦੀ ਵੀਡੀਓ ਖੁਦ ਦੇ ਸਬੂਤ ਆਪਣਾ ਖੁਦ ਪੇਸ਼ ਕਰ ਦੇਣ ਪਏ ਕਿ ਅਸੀਂ ਜ਼ਾਲਮ ਹਾਂ, ਇਹਨਾਂ ਪਿੰਡ ਵਾਲਿਆਂ ਨਾਲ ਦਹਿਸ਼ਤ ਫੈਲਾਉਣੇ ਵਾਸੀ ਉੱਥੇ ਜਾ ਕੇ ਸਰੇਆਮ ਦਿਨ ਦਿਹਾੜੇ ਮਾਸੂਮ ਲੋਕਾਂ ਉੱਪਰ ਫਾਇਰਿੰਗ ਕੀਤੀ ਹੈ, ਜਿਨ੍ਹਾਂ ਦਾ ਕਿਸੇ ਜ਼ਮੀਨ ਨਾਲ ਇਸ ਨਾਲ ਕੋਈ ਤਲਕ ਨਹੀਂ ਸੀ। ਜਿਹੜੀ ਵੀਡੀਓ 'ਚ ਜ਼ਮੀਨ ਦਿਖਾਈ ਗਈ ਹੈ 13 ਕਨਾਲ, ਉਸ ਜ਼ਮੀਨ ਦਾ ਕੋਈ ਇਸ਼ੂ ਨਹੀਂ ਸੀ ਆਇਆ। ਇਹ ਬਿਲਾ ਵਜ੍ਹਾ ਪਿੰਡ ਵਿੱਚ ਜਾ ਕੇ ਇਹਨਾਂ ਦਹਿਸ਼ਤ ਫੈਲਾਉਣੇ ਵਾਸੀ ਫਾਇਰਿੰਗ ਕੀਤੀ ਹੈ। ਉਸ ਫਾਇਰਿੰਗ ਵਿੱਚ ਇੱਕ ਜਾਨ ਕੀਮਤੀ ਜ਼ਾਇਆ ਹੋਈ ਹੈ, ਮਾਈ ਜਿਹੜੀ ਇਹਨਾਂ ਦੀ ਅਜ਼ੀਜ਼ ਨੇ, ਮਾਈ ਸਾਹਿਬਾ, ਉਹ ਸ਼ਦੀਦ ਜ਼ਖਮੀ ਨੇ, ਮੌਤ ਦੀ ਕਸ਼ਮਾਕਸ਼ ਵਿੱਚ ਨੇ, ਬਾਕੀ ਬੰਦੇ ਸੀਰੀਅਸ ਹਾਲਤ ਵਿੱਚ ਹਸਪੀਟਲ ਵਿੱਚ ਬੈਠੇ ਨੇ। ਉਸ ਤੋਂ ਬਾਅਦ ਜਿਹੜਾ ਇਤਜਾਜ ਵਿੱਚ ਜਿਹੜਾ ਉੱਥੇ ਸ਼ਰ ਪਸੰਦ ਅਨਾਸਰ ਨੇ ਜਿਹੜਾ ਉੱਥੇ ਕਾਰਨਾਮੇ ਅੰਜਾਮ ਦਿੱਤੇ ਨੇ, ਉਹ ਕਿਸ ਕੋਈ ਐਸਾ ਬੰਦਾ ਨਹੀਂ ਸੀ ਆਇਆ ਜਿਹੜਾ ਇਹਨਾਂ ਦੇ ਫੇਵਰ ਵਿੱਚ ਸੀ। ਜਿਹੜਾ ਬੰਦਿਆਂ ਜਿਹੜੇ ਕੰਮ ਇਹ ਕੀਤੇ ਨੇ ਉਹ ਇਹਨਾਂ ਦੇ ਅਗੇਂਸਟ ਜਾਂਦੇ ਨੇ ਪਏ। ਅਸੀਂ ਐਸਾ ਲੋਕਾਂ ਅਪੀਲ ਕਰਨੀ ਆ ਕਿ ਕਿਸੇ ਕਿਸਮ ਦਾ ਐਸਾ ਇੰਤਸ਼ਾਰ ਨਾ ਫੈਲਾਓ ਜਿਸ ਨਾਲ ਕਾਨੂੰਨ ਦੇ ਰੁਕਾਵਟ ਆਵੇ ਕਿਸੇ ਕਿਸਮ ਦੀ। ਅਸਾਂ ਦੀ ਮਹਿਕਮਾਨਾ ਕਾਰਵਾਈ ਅਸੀਂ ਕਰਨਾ ਚਾਹੁੰਦੇ ਹਾਂ, ਉਸ ਵੀ ਸਾਨੂੰ ਉਮੀਦ ਹੈ DPO ਸਾਹਿਬ ਸਾਡਾ ਇਨਸਾਫ਼ ਕਰਨਗੇ, ਅਦਾਲਤਾਂ ਸਾਡਾ ਇਨਸਾਫ਼ ਕਰਨਗੀਆਂ। DPO ਸਾਹਿਬ ਮੌਕੇ 'ਤੇ ਆਏ, DPO ਸਾਹਿਬ ਸ਼ਹੀਦ ਖੁਦ ਗਵਾਹ ਹਨ। ਰਾਜਾ ਨਾਜ਼ਮ ਸਾਹਿਬ, ਅਸੀਂ ਜ਼ਫਰ ਸੀ, ਜ਼ਿਸ਼ਾਨ ਹਾਲਤ ਸੀ, ਤਾਰਕ ਸੀ, ਅਸੀਂ ਸਾਰਿਆਂ ਨੂੰ ਮਿਲ ਕੇ ਜਿਤਨਾ ਹੋ ਸਕਿਆ ਅਸਾਂ ਰੋਲ ਅਦਾ ਕੀਤਾ। ਆਵਾਮ ਨੂੰ ਪਰਮਨ ਕਰਨੇ ਵਾਸਤੇ ਅਸਾਂ ਲੋਕਾਂ ਦੀਆਂ ਮਿਹਨਤ ਸਮਾਜਤ ਵੀ ਕੀਤੀ ਹੈ, ਰੋਡ ਬਲਾਕਟ ਜਿਹੜੀ ਸੀ ਉਹ ਸਾਂ ਵੀ ਖਿਲਾਈ ਹੈ। ਹਰ ਕਿਸਮ ਦੀ DPO ਸਾਹਿਬ, SHO ਰਾਸਰ ਚੱਠਾ ਸਾਹਿਬ ਮੌਜੂਦ ਸੀ, ਰਾਂਝਾ ਸਾਹਿਬ ਸਿਟੀ SHO ਮੌਜੂਦ ਸੀ, ਰਾਣਾ ਅਮਰ ਸਾਹਿਬ ਸਦਰ ਵਾਲੇ SHO ਮੌਜੂਦ ਸੀ, ਉਹਨਾਂ ਨਾਲ ਮਿਲ ਕੇ ਉਹਨਾਂ ਕੋਲ ਬਕਾਇਦਾ ਵੀਡੀਓ ਸੋਸ਼ਲ ਮੀਡੀਆ ਪਰ ਵੀ ਹੋ ਸਕਣ, ਉਹਨਾਂ ਕੋਲ ਮੌਜੂਦ ਵੀ ਹੋ ਸਕਣ, ਮਹਿਕਮਾਨਾ ਉਹਨਾਂ ਕੋਲ ਵੀਡੀਓ ਵੀ ਹੋ ਸਕਣ, ਉਸ ਵਿੱਚ ਦੇਖ ਸਕਦੇ ਹੋ ਕਿਸੇ ਕਿਸਮ ਦਾ ਰਾਜਾ ਨਾਜ਼ਮ। ਅਸੀਂ ਸਭ ਲੋਕ ਉੱਥੇ ਜਾ ਕੇ ਪੂਰਾ ਉਮਰ ਕਰਨੇ ਦੀਆਂ ਲੋਕਾਂ ਵਾਂ ਅਸੀਂ ਮਿੰਨਤਾਂ ਕਰਦੇ ਰਹੇ ਹਾਂ, ਨਾ ਕਿ ਕੋਈ ਨੁਕਸਾਨ ਕਰਿਆ। ਇਹ ਨੁਕਸਾਨ ਮੈਟਰੋ ਦਾ ਹੋਇਆ ਹੀ ਹੋਇਆ, ਇਹ ਸਰਾਏ ਲਮਗੀਰ ਦੀ ਆਵਾਮ ਦਾ ਵੀ ਨੁਕਸਾਨ ਹੈ, ਅਸਾਂਦੇ ਇਲਾਕੇ ਦੀ ਬੇਇੱਜ਼ਤੀ ਹੈ। ਮੈਟਰੋ ਤਾਂ ਚਲੋ ਦਹਿਸ਼ਤਗਰਦੀ ਫਲਾਈ ਹੈ, ਅਸਾਂ ਦੀ ਆਵਾਮ ਅੱਗੇ ਅਪੀਲ ਹੈ ਕਿ ਖੁਦਾਰਾ ਐਸਾ ਕੋਈ ਕਦਮ ਨਾ ਉਠਾਓ ਜਿਹੜਾ ਸਾਡਾ ਇਨਸਾਫ਼ ਵਿੱਚ ਰੁਕਾਵਟ ਬਣੇ। ਦੂਸਰਾ, ਸਾਡੇ ਵਕਲਾ ਬਰਾਦਰੀ ਸਾਡਾ ਸਾਥ ਦਿੱਤਾ ਇਸ ਸਾਨਿਆਂ ਵਾਸੀ, ਇਹ ਸਾਨਿਆਂ ਚੋਹਿਆਂ ਦਾ ਸਾਨਿਆਂ ਨਹੀਂ ਹੈ, ਇਹ ਸਾਨਿਆਂ ਸਰਾਏ ਲਮਗੀਰ ਹੈ, ਸਾਨਿਆਂ ਮੈਟਰੋ ਸਰਾਏ ਲਮਗੀਰ ਦਾ ਸਾਨਿਆਂ ਹੈ। ਇਹ ਖੁਦਾਰਾ ਸਾਰੇ ਮਿਲ ਕੇ ਕਾਨੂੰਨ ਦੇ ਮਿੰਨਤ ਕਰੀਏ, ਰਿਕੁਐਸਟ ਕਰੀਏ ਕਿ ਇਸ ਦੇ ਜੁਡੀਸ਼ਲ ਇਨਕੁਆਇਰੀ ਕਰਾਈ ਜਾਏ, ਮਹਿਕਮਾਨਾ ਇਨਕੁਆਇਰੀ ਕਰਾਈ ਜਾਏ ਜਿਸ ਵਿੱਚ ਕੋਈ ਸਿਆਸੀ ਇੰਟਰਫੇਅਰ ਨਾ ਹੋਵੇ, ਇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏ। ਇਹ ਮੈਟਰੋ ਵਾਲੇ ਇਸ ਤੋਂ ਪਹਿਲਾਂ ਵੀ ਕਿਤਨੀ ਦਫ਼ਾ ਜ਼ੁਲਮ ਜ਼ਿਆਦਤੀ ਕਰ ਚੁੱਕੇ ਨੇ, ਉਹਦੀ ਕਈ ਦਫ਼ਾ 5 ਮਹੀਨੇ ਪਹਿਲਾਂ ਵੀ ਪ੍ਰੈਸ ਕਾਨਫਰੰਸ ਨਹੀਂ ਹੋਈਆਂ, ਥਾਣੇ ਜਾ ਕੇ ਇਤਜਾਜ ਵੀ ਕੀਤਾ ਗਿਆ, ਲਾਹੌਰ ਪ੍ਰੈਸ ਕਲੱਬ ਵਿੱਚ ਜਾ ਕੇ ਵੀ ਇਤਜਾਜ ਕੀਤਾ ਗਿਆ, ਜਿਹਦਾ ਬਦਕਿਸਮਤੀ ਨਾਲ ਕਿਸੇ ਕਿਸਮ ਦਾ ਕੋਈ ਰੱਦੇ ਅਮਲ ਨਹੀਂ ਦਿੱਤਾ ਗਿਆ। ਉਹ ਰੱਦੇ ਅਮਲ ਨਾ ਦੇਣਾ, ਕਾਨੂੰਨ ਦੀ ਸੁਸਤ ਰਵੀ ਦਾ ਅਖਤਿਆਰ ਹੋਣਾ, ਅੱਜ ਇਹ ਕੀਮਤੀ ਜਾਨ ਜ਼ਾਇਆ ਹੋਈ ਹੈ। ਜਿਤਨਾ ਸਾਨਿਆ ਹੋਇਆ ਇਸ ਤੋਂ ਵੱਡਾ ਵੀ ਸਾਨਿਆ ਹੋ ਸਕਦਾ ਸੀ, ਇੱਥੇ ਹੋਰ ਵੀ ਸ਼ਰ ਪਸੰਦ ਦੇ ਨਾਸਰ ਇਤਨਾ ਕੁਝ ਕਰ ਸਕਦੇ ਸੀ, ਹੋਰ ਵੀ ਕੋਈ ਕੀਮਤੀ ਜਾਨਾਂ ਨੁਕਸਾਨ ਹੋ ਸਕਦੀਆਂ ਸੀ। ਇਹ ਜਿਹਨਾਂ ਲੋਕਾਂ ਕੀਤੀ ਹੈ ਉਹਨਾਂ ਦੁਸ਼ਮਣੀ ਕੀਤੀ ਹੈ ਇਸ ਸਾਨਿਆਂ ਨੂੰ, ਜਿਹੜਾ ਸੀ ਜਿਤਨਾ ਪਸੇ ਪਰਦਾ ਅਕਾਇਦ ਸੀ ਉਹਨਾਂ ਨੂੰ ਛੁਪਾਉਣੇ ਵਾਸੀ ਉਲਟਾ ਨੁਕਸਾਨ ਹੋਇਆ। ਅਸਾਂ ਦੀ ਅਪੀਲ ਹੈ ਸਾਰੇ ਲੋਕਾਂ ਕਿ ਸਾਡਾ ਸਾਥ ਦਿਓ, ਕਾਨੂੰਨੀ ਤਰੀਕੇ ਨਾਲ ਸਾਥ ਦਿਓ, ਠੀਕ ਹੈ? ਸਾਡੇ ਵਾਸੀ ਅਦਾਲਤਾਂ 'ਚ ਸਾਡੇ ਨਾਲ ਚੱਲੋ, ਵਕਲਾ ਬਰਾਦਰੀ 'ਚ ਸਟ੍ਰਾਈਕ ਕੀਤੀ ਹੈ, ਸਾਨਿਆਂ ਵਾਸੀ ਇੱਕ ਲੀਗਲ ਤਰੀਕਾ ਹੈ ਉਸ ਵਿੱਚ ਉਹਨਾਂ ਅਤੇ ਕੀਤਾ ਹੈ, ਤਾਜਰ ਬਰਾਦਰੀ ਹੜਤਾਲ ਕੀਤੀ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਨੇ। ਅਸੀਂ ਸਾਰੇ ਮਿਲ ਕੇ ਸਾਨਿਆਂ ਸਰਾਏ ਲਮਗੀਰ ਸਮਝ ਕੇ, ਨਾ ਕਿ ਝੋਇਆ ਸਮਝ ਕੇ, ਇਸ ਕੀ ਇਨਸਾਫ਼ ਦੇ ਤਕਾਜ਼ੇ ਪੂਰੇ ਕੀਤੇ ਜਾਣ। ਜਿਤਨਾ ਟਾਈਮ ਵਿੱਚ ਸਾਰੇ ਮਾਮਲਾਤ ਕਲੀਅਰ ਨਹੀਂ ਹੋਏ, ਮੈਟਰੋ ਸੁਸਾਇਟੀ ਬੰਦ ਰਹਿਣੀ ਚਾਹੀਦੀ ਹੈ, ਠੀਕ ਹੈ? ਮਲਕ ਬਿਲਾਲ ਜਿਹੜੀ ਜੇ ਕਹਿੰਦੇ ਨੇ ਅਸਾਂ ਕਿ ਇਸ ਚੀਜ਼ ਦਾ ਇਲਮ ਨਹੀਂ ਹੈ, ਸੁਸਾਇਟੀ ਦੇ ਮਾਲਕ ਮਲਕ ਬਿਲਾਲ ਜਿਹੜੀ ਜੇ ਉਹਨਾਂ ਨੂੰ ਇਲਮ 'ਚ ਨਹੀਂ ਸੀ ਹੈ, ਉਹਨਾਂ ਦਾ ਕੰਮ ਬਣਦਾ ਸੀ ਮੀਡੀਆ ਤਾਂ ਕਿ ਆਪਣੇ ਜਿਤਨੇ ਉਹਨਾਂ ਦੇ ਵਰਕਰ ਸੀ, ਜਿਤਨੇ ਦੇ ਸਿਕਿਉਰਟੀ ਗਾਰਡ ਸੀ, ਪ੍ਰੈਸ ਕਾਨਫਰੰਸ ਕਰਨ, ਆਪਣੇ ਜਿਹੜੇ ਗਾਰਡ ਸੀ ਜਿਨ੍ਹਾਂ ਜਾਤੀਆਂ ਕੀਤੀਆਂ, ਜਿਹੜੇ ਉਹਨਾਂ ਦੇ ਲੈਂਡ ਪ੍ਰੋਵਾਈਡਰ ਸੀ ਜਿਹੜੇ ਉੱਥੇ ਦਹਿਸ਼ਤਗਰਦੀ ਵਿੱਚ ਮੁਲਵਤ ਸੀ, ਉਹਨਾਂ ਸਭਾਂ ਨੂੰ ਜਾ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ, ਨਾ ਕਿ ਦੂਸਰੇ ਲੋਕਾਂ ਨੂੰ ਥਰੈਡ ਕਰਨ। ਜੋ ਕੁਝ ਆਉਣਾ ਸੀ ਹੋ ਗਿਆ, ਖੁਦਾਰਾ ਇਸ ਤੋਂ ਅੱਗੇ ਮਜ਼ੀਦ ਐਸਾ ਕੋਈ ਕਦਮ ਨਾ ਚੁੱਕਿਆ ਜਾਏ ਕਿ ਸਰਾਏ ਲਮਗੀਰ ਮੈਦਾਨੇ ਜੰਗ ਬਣੇ, ਲੋਕਾਂ ਦਾ ਰਾਈਟਸ ਹੈ ਉਹਨਾਂ ਨਾਲ ਜ਼ਿਆਦਤੀ ਹੋਈ, ਉਹਨਾਂ ਪੂਰਾ ਮਨ ਇਤਜਾਜ ਕੀਤਾ। ਤੁਸੀਂ ਸਭ ਸਮਝਦੇ ਹੋ ਜਿਸ ਬੰਦੇ ਦੀ ਡੈਡ ਬਾਡੀ ਪਈ ਹੋਵੇ ਉਹ ਕਦੇ ਵੀ ਨਹੀਂ ਸੋਚਣ ਲੱਗਾ ਮੈਂ ਜਾ ਕੇ ਪੈਸੇ ਲੁੱਟਾਂ, ਮੈਂ ਮਾਰ ਕੁਟਾਈ ਕਰਾਂ। ਉਹ ਤਕਰੀਬ ਆਪਣਾ ਰੋਣਾ ਲਾਉਣ ਲੱਗੇ, ਅਸੀਂ FIR ਵਾਸੀ DPO ਸਾਹਿਬ ਦੀ ਮਿਹਰਬਾਨੀ ਹੈ, ਉਹਨਾਂ ਵਿਦਨ ਜਿਹੜਾ ਟਾਈਮ ਵਿੱਚ ਉਹਨਾਂ ਦਿੱਤਾ, ਉਹਨਾਂ FIR ਦੇ ਦਿੱਤੀ। ਉਸ ਤੋਂ ਇਲਾਵਾ ਉਹਨਾਂ ਟਾਈਮ ਲਿਆ 2 ਦਿਨ ਦਾ, ਅਸੀਂ ਜਿਤਨੇ ਮੁਜਰਮ ਸੀ ਜਿਤਨੇ ਅਸੀਂ ਸਾਰੇ
और आवाम अगर दोबारा अपील करने आप खुदारा पुरअमन रहो पुरअमन रहो सराय दमगीर वास्ती इस सानिया के मकतुलैन वासी उन्होंने इंसाफ वासी पुरअमन हो जाओ इस किस्म की कोई गलती ना करो कोई ज्यादती ना करो जो बंदा इस किस्म की शर पसंद अनासर इस वजह हरकत करता है उसकी कानून के मुताबिक दसो उन्होंने वन फाइट करो जो मुतलका पुलिस का थाना है उन्होंने इतलाह दी जाए कि यह लोग यह शर पसंद अनासर जो काम कर रहे हैं साढ़े नाल मैट्रो सिटी वाले बहुत ज्यादती की है छिया सत्तों बंद की फैर मार दिते ने एक मेरा चाचा दाद भाई से उसकी डैथ हो गई है असा लाश लिया कर रोड तै इंतजाज जरूर किया साडा तोड़ फोड़ नाल कोई तलक नहीं असी तो अपनी मुसीबत में पे साडा इस वाकया नाल तोड़ फोड़ नाल कोई तलक नहीं पर अमन असा रोड से इंतजाज इंतजामिया के अपील करा कि सानू इंसाफ चाहिए डी पी ओ साहब एस एच ओ साहब साढ़े न दो दिन वादा किया कि मुजरम थोड़े गिरफ्तार करा सानू इंसाफ चाहिए असी कती तौर तक ना कानून हाथ च नहीं लैना चाहते साड़ी वाम अगर अपील है जितने ग्रामा ने उन्हें अपील है कि पुर अमन रहो असा कती तौर तक कानून हाथ च नहीं लैना सानू इंसाफ चाहिए साढ़े नाल बहुत जुर्म और ज्यादती हुई है सानू इंसाफ चाहिए गार्ड मैट्रो सिटी ने गार्ड और जितना अमला है इन्ना जाके मौके तक दिन दादनी ना कोई साडा वास्ता किसी गल कुछ मौके पर इन्हें बंदे सत्तां की ना फैर मारे मौके पूरे पिंड के सामने जिहड़ी माई है वह खतरे च है दूसरे भी जेडे अजे तक मुकम्मल ठीक नहीं साडे मदइयां विच कोई बंदा भी नहीं सी जिस तोड़ फोड़ की है असा पुर अमन इंतजार सोशल मीडिया दे वीडियो वायरलस की नहीं ये पुरानी है साडा इस वकूए नाल उस जगह ना कोई तलक नहीं कोई वास्ता नहीं उस वीडियो च भी देखा जा सकता है कि राजा नाजम साहब मौके पर मौजूद थी ठीक है इन्हें किसी किस्म का कोई इतराज नहीं जमीन के मुतालिक इन्हों का कोई इतराज नहीं सीखता है वीडियो इस चीज़ का सबूत है कि उस बहुत एक तो उस जमीन का इस नाल कोई तलक नहीं है दूसरा उस वीडियो भी इस चीज़ का इन्हें जी वायरल की है इन्हों के अगेंस्ट जाती है कि राजा नाजम मौके तक खलो के किसी और जगह का भी थोड़ा कब्जा पुरअमन तरीके जो कानूनी राइट्स देंदा पाया वो बंदा किस तरह थोड़े न जुलम कर सकता ज्यादा कर सकता है ना वीडियो में साबित होता राजा नाजम उतना हाली हाथ खड़ा सी ठीक है इन्हें बाद चु इतनी अंत मचाई है इतना जुलम किया कि दहशतगर्दी की है ना तो आवाम अपर पिंड जाकर दहशत फैलाने वास्ते फायरिंग की है जिहड़ी जिहदे नाल एक जान जाया होगी माई और दूसरे बहुत ज़्यादा सीरियस बाकी छः बंदे उन्होंने किसी का क्या कसूर से जी।